ਮਾਨਦੀਪ ਹਾਈ ਕੋਰਟ ਦੇ ਵਿੱਚ ਵਸੀਮ ਚੱਲੇ ਚੱਲੇ ਨੇ ਪਟੀਸ਼ਨ ਪਾਈ ਸੀ ਪੈਰੋਲ ਲਈ ਨਿਕਾਹ ਕਰਵਾਉਣ ਲਈ, ਜਿਸ ਦੇ ਵਿੱਚ ਮਾਨਦੀਪ ਹਾਈ ਕੋਰਟ ਵੱਲੋਂ ਜੇਲ੍ਹ ਪ੍ਰਮੇਸਿਸ ਦੇ ਅੰਦਰ ਨਿਕਾਹ ਕਰਵਾਉਣ ਦੀ ਆਗਿਆ ਦਿੱਤੀ ਗਈ, ਅੱਜ ਦਾ ਦਿਨ ਮੁਕਰਰ ਕੀਤਾ ਗਿਆ। ਹੋ ਜਾ ਮੂਹਰੇ ਜਾ, ਰੋਕ ਲੈ ਜਾ, ਮਾਨਦੀਪ ਹਾਈ ਕੋਰਟ ਦੇ ਵਿੱਚ ਵਸੀਮ ਚੱਲੇ ਨੇ ਪਟੀਸ਼ਨ ਪਾਈ ਸੀ ਪੈਰੋਲ ਲਈ ਨਿਕਾਹ ਕਰਵਾਉਣ ਲਈ, ਜਿਸ ਦੇ ਵਿੱਚ ਮਾਨਦੀਪ ਹਾਈ ਕੋਰਟ ਵੱਲੋਂ ਜੇਲ੍ਹ ਪ੍ਰਮੇਸਿਸ ਦੇ ਅੰਦਰ ਨਿਕਾਹ ਕਰਵਾਉਣ ਦੀ ਆਗਿਆ ਦਿੱਤੀ ਗਈ, ਅੱਜ ਦਾ ਦਿਨ ਮੁਕਰਰ ਕੀਤਾ ਗਿਆ। ਕਿੰਨਾ ਟਾਈਮ ਮੁਕਰਰ ਕੀਤਾ ਗਿਆ ਅਤੇ ਟਾਈਮ ਦੇ ਰਿਗਾਰਡਿੰਗ ਕਿਉਂਕਿ ਉਹ ਨਿਕਾਹ ਦੀ ਹੀ ਰਸਮ ਅਦਾ ਕੀਤੀ ਹੋ ਚੁੱਕੀ ਹੈ। ਅੱਛਾ, ਕਿੰਨੇ ਕੁ ਪਰਿਵਾਰਕ ਮੈਂਬਰ, ਕਿੰਨੇ ਕੁ ਸ਼ਮੂਲੀਅਤ ਕਰ ਤੋਂ ਸਭ ਜਣੇ ਦੋਨੇ ਪਰਿਵਾਰਾਂ ਵਿੱਚ ਕਿਸ ਤਰ੍ਹਾਂ ਦਾ ਪ੍ਰਬੰਧ ਸਰ ਕੀਤਾ ਗਿਆ ਜੇਲ੍ਹ ਪ੍ਰਸ਼ਾਸਨ ਵੱਲੋਂ? ਪ੍ਰਬੰਧ ਜੋ ਨਿਕਾਹ ਲਈ ਜ਼ਰੂਰੀ ਅਰੇਂਜਮੈਂਟਸ ਉਹ ਕੀਤੇ ਗਏ ਨੇ, ਬੋਲ ਵੀ ਸਾਹਿਬ ਬਾਹਰੋਂ ਮਿਲਾਏ ਗਏ। ਸਰ, ਇੱਕ ਲਾਲ ਸਿੰਘ ਦੀ ਜਿਹੜੀ ਰਿਹਾਈ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ, ਕਿਸ ਤਰ੍ਹਾਂ ਦੇ ਕੋਈ ਆਦੇਸ਼ ਆਏ ਲਾਲ ਸਿੰਘ ਜਿਹੜੇ ਸਿੱਖ ਕੈਦੀ ਨੂੰ ਰਿਹਾਅ ਕਰਨ ਦੀ ਚਰਚਾ ਸੀ? ਕਿੰਨੇ ਸਮੇਂ ਤੋਂ ਸਰ ਬੰਦ ਹੈ ਜੀ? 2010 ਤੋਂ ਵੱਖ-ਵੱਖ ਬੰਦ ਰਿਹਾ, ਪਹਿਲਾਂ ਸੰਗਰੂਰ ਸੀ। ਆਪਣੇ ਇੱਥੇ ਮੈਕਸੀਮਮ ਕਦੋਂ ਆਏ? ਮੇਰੇ ਕੋਲ 8ਵੇਂ ਮਹੀਨੇ ਆਏ, 10ਵੇਂ ਮਹੀਨੇ। ਫ੍ਰੀ ਸੇਵਾ, ਫ੍ਰੀ ਸਮਾਧਾਨ। ਵਿਦੇਸ਼ 'ਚ ਬੈਠੇ ਕਿਉਂ ਹੋ ਪਰੇਸ਼ਾਨ? ਤੰਤਰ ਮੰਤਰ, ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ ਸਰਦਾਰ ਧਰਮਿੰਦਰਜੀਤ ਸਿੰਘ ਜੀ। ਮੇਰਾ ਕੀਤਾ ਹੋਇਆ ਚੱਲੇਗਾ ਸੱਤ ਸਮੁੰਦਰ ਪਾਰ। ਕੋਈ ਅਜਿਹਾ ਤਾਲਾ ਨਹੀਂ ਜੋ ਖੁੱਲੇ ਨਾ। ਹਰ ਕੰਮ ਹੁੰਦਾ ਹੈ ਕਰਨ ਵਾਲਾ ਚਾਹੀਦਾ। ਹਰ ਸਮੱਸਿਆ ਦਾ ਸਮਾਧਾਨ 100% ਗਾਰੰਟੀ ਨਾਲ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ। ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ। ਲਵ ਮੈਰਿਜ, ਲਾਟਰੀ ਨੰਬਰ, ਪੀਆਰ ਪ੍ਰੋਬਲਮ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਸੱਸ ਨੂੰ ਪਤੀ ਪਤਨੀ ਵਿੱਚ ਅਣਬਣ, ਮਨ ਚਾਹਿਆ ਪਿਆਰ, ਬੱਚੇ ਕਹਿਣੇ ਤੋਂ ਬਾਅਦ, ਘਰ ਵਿੱਚ ਕਲੇਸ਼, ਤੁਹਾਡਾ ਕੋਈ ਭੈਣ ਭਰਾ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਕਿਸੇ ਦੇ ਵਸ ਵਿੱਚ ਹੈ, ਉਸ ਨੂੰ ਬਾਹਰ ਕੱਢਣ ਲਈ ਤੁਰੰਤ ਸੰਪਰਕ ਕਰੋ ਸਰਦਾਰ ਧਰਮਿੰਦਰਜੀਤ ਸਿੰਘ ਜੀ ਨਾਲ 9878484826।